ਥੱਲੇ ਮਾਰ ਰਹੀ ਗੱਡੀ ਓਏ ਛੱਲਾ ਮਾਰ ਰਹੀ ਗੱਡੀ ਐ ਹੋ ਰਹੀ ਉੱਪਰ ਥੱਲੇ ਗੱਡੀ ਉਹ ਬੋਲੇ 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 ਚੰਡੀਗੜ੍ਹ 43 ਬੱਸ ਸਟੈਂਡ ਪਿੱਛੇ ਗੱਡੀਆਂ ਰੁਕ ਗਈਆਂ ਗੱਡੀਆਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂ ਬਿਜਰਵਾਨ ਸੈਕਟਰ 43 ਚੰਡੀਗੜ੍ਹ ਬੱਸ ਸਟੈਂਡ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਏਰੀਆ ਦੇ ਵਿਚਕਾਰ ਮੀਂਹ ਦਾ ਪਾਣੀ ਖੜ ਚੁੱਕਿਆ ਅਤੇ ਤਲਾਬ ਬਣ ਚੁੱਕਿਆ ਅਤੇ ਇਹਨਾਂ ਤਲਾਬਾਂ ਦੇ ਵਿਚਕਾਰ ਜੇ ਹੈ ਗੱਡੀਆਂ ਸੈਕੜਾਂ ਦੇ ਹਿਸਾਬ ਦੇ ਨਾਲ ਆਟੋ ਬਾਈਕਸ ਅਤੇ ਗੱਡੀਆਂ ਯਾਤਰੀਆਂ ਦੀਆਂ ਖੜੀਆਂ ਨੇ ਪਾਣੀ ਲਬਾਲਬ ਭਰ ਚੁੱਕਿਆ ਇੱਥੇ ਆਪਾਂ ਸਫਾਈ ਕਰਮੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਉਹਨਾਂ ਦਾ ਕੀ ਕੁਛ ਕਹਿਣਾ ਆਪ ਪਾਣੀ ਜੇ ਹੈ ਅੱਜ ਸਵੇਰੇ ਭਰਿਆ ਇੱਥੇ ਨਹੀਂ ਇਹ ਕੱਲ ਖਬਰ ਹੈ ਹਾਂ ਇਹਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਹੈਗੇ ਪ੍ਰਬੰਧ ਤਾਂ ਕਰੇ ਵਿਚਾਰੇ ਨਾਲੇ ਵਾਲੇ ਉਹ ਕੀ ਕਰੇ ਗਟਰ ਤਾਂ ਸਾਰੇ ਖੁੱਲੇ ਅੱਗੇ ਜੇ ਬੰਦ ਹੈ ਗਟਰ ਸਾਰੇ ਬੰਦ ਨੇ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਬਸ ਬੜੀ ਪਰੇਸ਼ਾਨੀ ਹੋ ਰਹੀ ਹੈ ਉਧਰ ਤੋਂ ਜਾਣਾ ਹੀ ਬੰਦ ਹੋ ਰਿਹਾ ਹੈ ਬਦਬੂ ਵੀ ਕਾਫੀ ਆ ਰਹੀ ਹੈ ਹਾਂ ਮੈਮ ਕਿਵੇਂ ਵੇਖਦੇ ਹੋ ਕਿ ਬਹੁਤ ਸਾਰੇ ਯਾਤਰੀ ਆਉਂਦੇ ਉਹਨਾਂ ਦੀ ਸੈਕੜੇ ਦੇ ਹਿਸਾਬ ਦੇ ਨਾਲ ਗੱਡੀਆਂ ਖੜੀਆਂ ਨੇ ਤੇ ਇਹ ਪਾਣੀ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਕੱਲ੍ਹ ਤੋਂ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿਚਕਾਰ ਵੀ ਕਹਿ ਰਹੇ 4 ਦਿਨ ਤੱਕ ਮੀਂਹ ਹੋਰ ਰਹਿਣਾ ਹੈ 5 ਦਿਨ ਤੱਕ ਤਾਂ ਫਿਰ ਇਸ ਸਥਿਤੀ ਦੇ ਵਿਚਕਾਰ ਕੀ ਸਿਸਟਮ ਜੇ ਹੈ ਡਰੇਨੇਜ ਸਿਸਟਮ ਕਿਵੇਂ ਠੀਕ ਹੋਊਗਾ ਅਭੀ ਇਹ ਤਾਂ ਮੈਮ ਪਤਾ ਨਹੀਂ ਕੈਸੇ ਠੀਕ ਹੋਗਾ ਇਸਕੇ ਬਾਰੇ ਮੈਂ ਤਾਂ ਕੁਛ ਨਹੀਂ ਕਹਿ ਸਕਦੇ ਬਰਸਾਤ ਰੁਕੇਗੀ ਪਾਣੀ ਉਤਰੇਗਾ ਤਭੀ ਹੋਏਗਾ ਜੀ ਤਾਂ ਇਹਨਾਂ ਦਾ ਕਹਿਣਾ ਕਿ ਜੇ ਹੜ੍ਹ ਵਾਲੀ ਸਥਿਤੀ ਜੇ ਹੈ ਉਹ ਬਣੀ ਹੋਈ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਡਰੇਨੇਜ ਸਿਸਟਮ ਜੋ ਹੈ ਉਹ ਸਹੀ ਨਹੀਂ ਹੈਗਾ ਲੋਕ ਲਗਾਤਾਰ ਇੱਥੇ ਸਫਾਈ ਦਾ ਕੰਮ ਕਰ ਰਹੇ ਨੇ ਲੇਕਿਨ ਸਫਾਈ ਕਰ ਰਹੇ ਨੇ ਲੇਕਿਨ ਬਾਵਜੂਦ ਇਸਦੇ ਜੋ ਹੈ ਇੱਥੇ ਜੋ ਹੈ ਪਾਣੀ ਭਰਿਆ ਪਿਆ ਲੇਕਿਨ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਥੇ ਦਿਖਾ ਦਿੰਦੇ ਕਾਫੀ ਲੋਕ ਜੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਵੱਖ ਵੱਖ ਥਾਵਾਂ ਦੇ ਲਈ ਜਾਣ ਦੇ ਲਈ ਆਪਣੀ ਬੱਸਾਂ ਦੇ ਲਈ ਇੰਤਜ਼ਾਰ ਕਰ ਰਹੇ ਨੇ ਅਸੀਂ ਕੁਛ ਯਾਤਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਬੱਸ ਮਿਲ ਨਹੀਂ ਰਹੀ ਹੈਗੀ ਹੈ ਥੋੜ੍ਹੀ ਮੁਸ਼ਕਲਾਂ ਆ ਰਹੀਆਂ ਕਿਉਂਕਿ ਜਦ ਆਪਾਂ ਨੌਰਦਰਨ ਏਰੀਆ ਦੀ ਗੱਲ ਕਰਦੇ ਭਾਰਤ ਦੇ ਨੌਰਦਰਨ ਏਰੀਆ ਯਾਨੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਅਤੇ ਇੱਥੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਸਰ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਬੱਸਾਂ ਮਿਲ ਰਹੀਆਂ ਨੇ ਯਾਤਰੀਆਂ ਨੂੰ ਐਸਾ ਅਸੀਂ ਹੁਣ ਉੱਥੋਂ ਚੱਲ ਕੇ ਆ ਰਹੇ ਹਾਂ ਜਲੰਧਰ ਤੋਂ ਹਾਂਜੀ ਇਸ ਟਾਈਮ ਬੜਾ ਚੌੜ ਤੋਂ ਲੈ ਕੇ ਰੋਪੜ ਤੱਕ ਬਿਲਕੁਲ ਰੋਡ ਬਲਾ ਹੋ ਗਿਆ ਡੈਮੇਜ ਹੋ ਗਿਆ ਡੈਮੇਜ ਹੋ ਗਿਆ ਸਭ ਗੱਡੀ ਉੱਧਰ ਦੀ ਉੱਧਰ ਰੁਕੀ ਇੱਧਰ ਲਈ ਇੱਧਰ ਰੁਕੀ ਕਿਤੇ ਕੋਈ ਆਉਣ ਦਾ ਸਾਧਨ ਨਹੀਂ ਹੈ ਇਸ ਇਹ ਗੱਡੀ ਨੇ 12 ਵਜੇ ਇੱਥੇ ਪਹੁੰਚਣਾ ਸੀ ਇਸ ਗੱਡੀ ਕਿਨੇ ਉੱਤੇ ਆਉਂਦੇ ਹੋ ਇਹ 12 ਵਜੇ ਪਹੁੰਚਣੀ ਸੀ ਗੱਡੀ ਇਹ ਹਾਂ ਇਹ ਗੱਡੀ 2:30 ਵਜੇ ਇੱਥੇ ਪਹੁੰਚ ਰਹੀ ਹੈ ਯਾਨੀ ਕਿ 2 ਘੰਟੇ ਡਿਲੇ ਹੈ ਮਤਲਬ ਪਰ ਅੱਛਾ ਉੱਥੇ ਦੀ ਸਥਿਤੀ ਤੁਸੀਂ ਕਹਿ ਰਹੇ ਹੋ ਰਸਤੇ ਬੰਦ ਨੇ ਖੜ੍ਹ ਦੀ ਸਥਿਤੀ ਬਣੀ ਹੋਈ ਹੈ ਬਾਵਜੂਦ ਇਸ ਦੇ ਲੋਕ ਹੱਲੇ ਵੀ ਘਰ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਤੁਹਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਇਸ ਸਥਿਤੀ ਦੇ ਵਿੱਚ ਕਿਤੇ ਨਹੀਂ ਜਾਣਾ ਚਾਹੀਦਾ ਰੋਡ ਦੇ ਉੱਤੇ ਸਭ ਗੱਡੀਆਂ ਬੰਦ ਪਈਆਂ ਜਿਨ੍ਹਾਂ ਦੇ ਗੱਡੀਆਂ ਵਿੱਚ ਪਾਣੀ ਵੜ ਗਿਆ ਸਭ ਕੁਝ ਲੋਕ ਰਾਤੇ 'ਚ ਰੁਕੇ ਹੋਏ ਨੇ ਬਹੁਤ ਹਰਾਸਮੈਂਟ ਹੈ ਮੇਰਾ ਤਾਂ ਇਹੀ ਕਹਿਣ ਦਾ ਭਾਵ ਹੈ ਇਸ ਸਥਿਤੀ ਨੂੰ ਦੇਖ ਕੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਸਰ ਤੁਸੀਂ ਕੀ ਕਹਿਣਾ ਚਾਹੋਗੇ ਹੜ੍ਹ ਦੀ ਸਥਿਤੀ ਦੇ ਵਿਚਕਾਰ ਲੋਕ ਹਜੇ ਵੀ ਆਪਣੇ ਘਰ ਦੇ ਲਈ ਜਾਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਥਾਂ ਥਾਂ ਤੇ ਗੱਡੀਆਂ ਦੇ ਵਿਚਕਾਰ ਪਾਣੀ ਭਰ ਚੁੱਕਿਆ ਮੈਡਮ ਗੱਡੀਆਂ ਛੋਟੀਆਂ ਹੀ ਭਰਿਆ ਵੱਡੀਆਂ ਥੋੜੋ ਪਾਣੀ ਭਰਿਆ ਹੈ ਚਲਦੀਆਂ ਪਈਆਂ ਗੱਡੀਆਂ ਤੁਹਾਡੇ ਸਾਹਮਣੇ ਜਾ ਰਹੀ ਹੈ ਦੇਖੋ ਲੁਧਿਆਣੇ ਜਾ ਰਹੀ ਸਾਰੇ ਪਾਸੇ ਜਾ ਰਹੀ ਹੁਸ਼ਿਆਰਪੁਰ ਡੀਪੂ ਵਾਸਤੇ 1.5 ਘੰਟੇ ਪੌਣੇ ਦੋ ਤੋਂ ਖੜੇ ਹਾਂ ਕੋਈ ਬੱਸੇ ਨਹੀਂ ਆ ਰਹੀ ਉਹੀ ਕਹਿ ਰਹੇ ਨੇ ਕਿ ਜੋ ਬੱਸਾਂ ਆ ਰਹੀਆਂ ਉਹ ਲੇਟ ਆ ਰਹੀਆਂ ਕਿਉਂਕਿ ਥਾਂ ਥਾਂ ਤੇ ਰਸਤੇ ਟੁੱਟੇ ਹੋਏ ਨੇ ਨਹੀਂ ਟੁੱਟੇ ਨਹੀਂ ਮੈਡਮ ਟੁੱਟੇ ਆ ਟੁੱਟੇ ਵਿੱਚ ਜਾ ਰਹੀਆਂ ਬੱਸਾਂ ਸਾਰੀਆਂ ਜੀ ਟੋਟਲ ਲੁਧਿਆਣੇ ਜਾ ਰਹੀ ਕੋਈ ਜਿੰਦਰ ਜਾ ਰਹੀ ਕੋਈ ਪਟਿਆਲੇ ਜਾ ਰਹੀ ਹੈ ਕੋਈ ਫਰੀਦਕੋਟ ਜਾ ਉੱਥੋਂ ਆ ਵੀ ਰਹੀਆਂ ਸਿਰਫ ਹੁਸ਼ਿਆਰਪੁਰ ਡੀਪੂ ਵਾਲੇ ਪਾਸੇ ਪ੍ਰੋਬਲਮ ਜਾਂਦੀ ਹੋਈ ਉਹਨਾਂ ਨੇ ਉਹ ਜੰਮੂ ਵਾਲੇ ਪਾਸੇ ਨੂੰ ਉੱਥੇ ਬੱਸ 2 ਘੰਟੇ ਬੱਸੇ ਨਹੀਂ ਆਈ ਹੈਗੀ ਤੇ ਇਹਨਾਂ ਦਾ ਕਹਿਣਾ ਜਵਾਬ ਦੇਣ ਵਾਲੇ ਇਨਕੁਆਇਰੀ ਪਰ ਬੰਦਾ ਬੈਠਾ ਉਹਨੂੰ ਪੁੱਛੀ ਆਪਾਂ ਕੀ ਹਿਸਾਬ ਤਾਂ ਹੈਗਾ ਹੈਲਪਲਾਈਨ ਨੰਬਰ ਤਾਂ ਵੈਸੇ ਜਾਰੀ ਕੀਤੇ ਗਏ ਨੇ ਨਹੀਂ ਮੈਡਮ ਹੁਣ ਹੈਲਪਲਾਈਨ ਸਾਨੂੰ ਨਹੀਂ ਪਤਾ ਇਸ ਗੱਲ ਦਾ ਠੀਕ ਨਹੀਂ ਬਾਕੀ ਕਾਊਂਟਰ ਪਰ ਕੋਈ ਹੈਗਾ ਦੱਸੇ ਸੀ ਸਾਨੂੰ ਕਿ ਬਸ ਆਣੀ ਕਿ ਨਹੀਂ ਆਣੀ ਕਦੋਂ ਆਣੀ ਅੱਛਾ ਤੇ ਕਾਊਂਟਰ ਤੇ ਕੋਈ ਵੀ ਮੌਜੂਦ ਆ ਦੇਖ ਲਓ ਸਾਹਮਣੇ ਕਾਊਂਟਰ ਪਰ ਹੈ ਅਸਾ ਦੇਖੋ ਸਾਹਮਣੇ ਖੜੇ ਆ ਤੇ ਸਾਹਮਣੇ ਕਾਊਂਟਰ ਲੱਗਿਆ ਹੋਇਆ ਹੈ ਕਹਿੰਦੇ ਕਿ ਇੱਥੇ ਕੋਈ ਮੌਜੂਦ ਨਹੀਂ ਹੈ ਜਾਣਕਾਰੀ ਦੇਣ ਦੇ ਲਈ ਕਿ ਬਸ ਜਾਏਗੀ ਕਿ ਨਹੀਂ ਜਾਏਗੀ ਆ ਲੋਕ ਜਿਹਨੇ ਪਰੇਸ਼ਾਨ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਮ ਕਿੰਨੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਹੋ ਕਾਊਂਟਰ ਤੇ ਕੋਈ ਨਹੀਂ ਹੈ 3 ਘੰਟੇ ਹਾਂਜੀ 3 ਘੰਟੇ ਹੋ ਗਏ ਨੇ ਕਿੱਥੇ ਜਾਣਾ ਤੁਸੀਂ ਅਸੀਂ ਹੁਸ਼ਿਆਰਪੁਰ ਪਠਾਨਕੋਟ ਜਾਣਾ ਤੇ ਕਿੰਨੀ ਦੇਰ ਹੋ ਗਈ ਤੁਸੀਂ ਇੱਥੇ ਲਾਈਨ 'ਚ ਖੜੇ ਹੋ ਮੈਮ ਘੱਟੋ ਘੱਟ 2 ਘੰਟੇ ਹੋ ਗਏ ਤੇ ਤੁਸੀਂ ਇੱਥੇ ਕਾਊਂਟਰ ਤੇ ਕੋਈ ਵੀ ਨਹੀਂ ਆ ਰਿਹਾ ਨਹੀਂ ਮੈਮ ਕੋਈ ਨਹੀਂ
तो एक काउंटर जमा ही खाली है तो कह रहे हैं कि डेढ़ घंटा हो गया, काफ़ी चिर तो पठानकोट ले बस का इंतजार करें, लेकिन यही नहीं पता हैगा कि बस आऊगी या नहीं आऊगी या जाऊगी नहीं जाऊगी, अस इंतजार करें। काउंटर के विचकार कोई भी मौजूद नहीं है। इतने एक फैमिली है, उन्होंने गलबात करने की कोशिश करांगे। बसा चल रही ने कितने कितने तक अवेलेबल ने गड्डिया? मैडम उधर पूछ लो। ता इना कोल जानकारी नहीं है, काउंटर दे विचकार हालांकि खड़े होए ने। मैडम कितने जाना है तुसी, कितनी देर होगी खड़े हो? मैं तो अभी आई हूँ, लुधियाने जाना मैं। ते बस का इंतजार कर रहे? हाँ जी। अजे बस मिली नहीं? नहीं अजे नहीं मिली। काफ़ी लोग घंटिया तो इंतजार कर रहे, उन्होंने बसा मिल नहीं रही ने। तो मीह के विचकार लुधियाना ज़्यादा जाना जरूरी है जी? जाना है जी, मैं सिस्टर घर आई हुई सी। अच्छा। तो मैं लुधियाने जा रही, बच्चे ने कल स्कूल भी जाना है इस करके। वैसे जिस तरह के हालात ने, सीएम साहब ने भी किया है कि ज़्यादा जरूरी काम हो ताई घर तो बाहर निकलो, हर जी स्थिति हैगी है जी। जो काम है मजबूरी है, उन्हें तो घरों निकलना ही निकलना है, ठीक है ना जी? तो इन्हों का कहना कि मजबूरी है काम करना, तो घर तो बाहर निकलना, बच्चे के स्कूल भी है। सर कितने जाना है तुसी? कुराली। कुराली तो कितनी देर तक इंतजार कर रहे हो? घंटा हो गया। घंटा हो गया, तो ये तो कुराली वाली बस जी है कि शायद तुम उस साइड तो मिलेगी। कैसे मिलेगी? तो बस आराम नाल मिल रही है ने? अभी नहीं मिल रही बस, अवेलेबल ही नहीं है। तो तुम सुन सकते हो कुराली तक जाना, लेकिन कुराली तक भी जो है बस जो है वो मिल नहीं रही हैगी है। मैम तुम कितने जाना है? अस नहीं नवाशहर ही। नवाशहर बस मिल रही है, कितनी देर तक इंतजार कर रहे हो? हभी तो 15 मिनट हो जी हूँ तो हजे तक तो इनू, तो बसिस की हैगी थोड़ी जी प्रॉब्लम। इतने मैम तो जानने की कोशिश करते। मैम कितने जाना है तुसी? असी जलंधर जाना है, घंटा हो गया बैठे हुए, कोई आ ही नहीं रही बस वगैरह, पता नहीं की गल हो गई। अच्छा होशियारपुर साइड का रस्ता कहते खराब हैगा, रोपड़ के विचकार हट जाई स्थिति हैगी है, तो शायद बसा थोड़ी लेट चलनगियाँ या नहीं चलनगियाँ। अच्छा फिर हाई फिर तो बड़े खज्जल खराब होवे। ਸੀ ਚੰਡੀਗੜ੍ਹ ਕੀ ਕਰਨ ਆਏ ਸੀ? ਨਹੀਂ ਅਸੀਂ ਤਾਂ ਸ਼ਿਮਲਾ ਗਏ ਸੀਗੇ ਆਪਣੀ ਸਿਸਟਰ ਕੋਲ, ਅਤੇ ਉੱਥੇ ਬਾਰਿਸ਼ਾਂ ਬੁਰਸ਼ਾਂ ਕਰਕੇ ਅਸੀਂ ਆ ਗਏ ਇੱਧਰ। ਸ਼ਿਮਲੇ ਵਾਲੀ ਸਾਈਡ ਤੋਂ ਜਦ ਤੁਸੀਂ ਆਏ ਹੋ ਉੱਧਰ ਰਸਤਾ ਸਾਰੇ ਠੀਕ ਹੈਗਾ, ਉੱਥੇ ਹੜ੍ਹ ਜਿਹੀ ਸਥਿਤੀ ਨਹੀਂ? ਨਾ ਇੱਧਰ ਤਾਂ ਠੀਕ ਹੈ, ਪਰ ਹੁਣ ਮੇਰੀ ਸਿਸਟਰ ਦਾ ਫੋਨ ਆਇਆ, ਉਹ ਕਹਿ ਰਹੀ ਕਿ ਵੀ ਗਿਰੇ ਆ ਦੰਗੇ ਵਗੈਰਾ, ਅਤੇ ਕਹਿੰਦੇ ਚਲੋ ਤੁਸੀਂ ਚੰਗਾ ਚੰਡੀਗੜ੍ਹ ਪਹੁੰਚ ਗਏ, ਚੰਡੀਗੜ੍ਹ ਤੋਂ ਮਿਲ ਹੀ ਜਾਏਗੀ ਬੱਸਾਂ। ਮੈਮ ਤੁਸੀਂ ਕਿੱਥੇ ਜਾਣਾ? ਅਸੀਂ ਮੈਡਮ ਨਵਾਂਸ਼ਹਿਰ ਜਾਣਾ। ਨਵਾਂਸ਼ਹਿਰ? ਹਾਂਜੀ, ਬੇਟੇ ਦਾ ਸਵੇਰੇ ਹੈਗਾ ਆਈਲੈਟਸ ਦਾ ਪੇਪਰ, ਇਸ ਕਰਕੇ ਰਾਤ ਗੁਰਦੁਆਰੇ ਰਹਾਂਗੇ, ਕਿਉਂਕਿ ਸੁਬਹਾ ਪਹੁੰਚ ਨਹੀਂ ਪਾਉਣਾ, 10:30 ਪੇਪਰ ਹੈ। ਅਤੇ ਕਿਵੇਂ ਦੇਖਦੇ ਹੋ ਹੜ੍ਹ ਜਿਹੀ ਸਥਿਤੀ ਬਣੀ ਹੋਈ ਹੈ? ਬਹੁਤ ਜ਼ਰੂਰੀ ਹੈ ਤਾਂ ਕਹਿੰਦੇ ਤਾਂ ਨਿਕਲੋ, ਲੇਕਿਨ ਤੁਹਾਡੀ ਤਾਂ ਆਈਲੈਟਸ ਦੇ ਪੇਪਰ ਮਜਬੂਰੀ ਹੈ। ਦੇਖੋ ਮੈਡਮ, ਅਸੀਂ ਸਾਡੇ ਬੇਟੇ ਦਾ ਪੇਪਰ ਸੀਗਾ ਆਪਣੇ ਇਹ 6 ਤਰੀਕ ਨੂੰ, ਪਹਿਲੇ ਉਹਦੀ ਸਪੀਕਿੰਗ ਹੈ ਕੱਲ੍ਹ ਨੂੰ, ਇਸ ਕਰਕੇ ਸਾਨੂੰ ਅਸੀਂ ਸੋਚਿਆ ਵੀ ਗੁਰਦੁਆਰੇ ਜਾਂ ਕਿਤੇ ਵੀ ਰਾਤ ਕੱਟ ਲਵਾਂਗੇ, ਅਤੇ ਉੱਥੇ ਪੇਪਰ ਹੈ ਸੀ, ਕਿਉਂਕਿ ਇਹਦੇ ਦੋਸਤ ਵੀ ਅੱਜ ਗਏ ਹੋਏ ਨੇ ਉਹ ਦੇਣ ਪੇਪਰ। ਤੁਹਾਨੂੰ ਲੱਗਦਾ ਬਸ ਆਰਾਮ ਨਾਲ ਮਿਲ ਜਾਊਗੀ? ਆਰਾਮ ਨਾਲ ਮੈਡਮ, ਅਸੀਂ 2 ਘੰਟੇ ਹੋ ਗਏ ਧੱਕੇ ਖਾ ਰਹੇ ਹਾਂ, ਖਰੜ ਤੋਂ ਆਏ ਹਾਂ, ਖਰੜ ਪਹਿਲੇ ਵੇਟ ਕਰਦੇ ਰਹੇ, ਉੱਥੋਂ ਹੁਣ ਇੱਥੇ ਆਏ ਹਾਂ, ਇੱਥੇ ਵੀ ਨਹੀਂ ਮਿਲ ਰਹੀ ਹੈਗੀ। ਤਾਂ ਤੁਸੀਂ ਵੇਖ ਸਕਦੇ ਹੋ ਕਿ ਬੱਸਾਂ ਦੀ ਅਵੇਲੇਬਿਲਿਟੀ ਜੇ ਹੈਗੀ ਹੈ ਉਹ ਘੱਟ ਹੈਗੀ ਹੈ, ਯਾਨੀ ਕਿ ਯਾਤਰੀ ਤਾਂ ਇੱਥੇ ਮੌਜੂਦ ਨੇ, ਲੇਕਿਨ ਹਾਲੇ ਵੀ ਜੇ ਹੈਗੀ ਹੈ ਜੋ ਸਥਿਤੀ ਖਰਾਬ ਹੈ ਉਸਦੇ ਕਰਕੇ ਜੇ ਹੈ ਕਈ ਯਾਤਰੀ ਜੇ 2-2, 3-3 ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ, ਕਿਸੇ ਦੇ ਬੱਚਿਆਂ ਦੇ ਸਕੂਲ ਲੱਗਣ ਵਾਲੇ ਨੇ, ਕਿਸੇ ਦੇ ਇਗਜ਼ਾਮ ਹੋਣ ਵਾਲੇ ਨੇ, ਲੇਕਿਨ ਲੋਕ ਪਰੇਸ਼ਾਨ ਹੋ ਰਹੇ ਨੇ, ਹੜ੍ਹ ਦੀ ਸਥਿਤੀ ਹੈਗੀ ਹੈ, ਕਈ ਥਾਵਾਂ 'ਤੇ ਰਾਹ ਬੰਦ ਨੇ। ਮਾਨ ਸਾਹਿਬ ਨੇ ਵੀ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਤਾਂ ਹੀ ਘਰ ਤੋਂ ਬਾਹਰ ਨਿਕਲੋ, ਲੇਕਿਨ ਹੜ੍ਹ ਦੀ ਸਥਿਤੀ ਦੇ ਵਿਚਕਾਰ ਵੀ ਲੋਕ ਆਪਣੇ ਆਪਣੇ ਘਰ ਆਪਣੇ ਆਪਣੇ ਜ਼ਰੂਰੀ ਕੰਮਾਂ ਦੇ ਲਈ ਬਾਹਰ ਨਿਕਲ ਰਹੇ ਨੇ। ਕੈਮਰਾਮੈਨ ਦੀਪਕ ਦਨਾਨੀ, ਰੂਪਚਲਵਾਨ, ਦੈਨਿਕ ਸਵੇਰਾ TV।